ਤੇ ਜਿਹੜੀ ਮੈਂ ਤੁਹਾਨੂੰ ਕੱਲ ਚੀਜ਼ ਕਿਹਾ ਸੀ ਵੀ ਆਹ ਜਿਹੜੀ ਜਾਰ ਵਾਲੀ ਪ੍ਰੋਬਲਮ ਆ ਉਹ ਆਹ ਚੀਜ਼ ਆ ਤੇ ਆਹ ਤਾਂ ਲੋਹੇ ਦੇ ਬਣਾ ਕੇ ਕ੍ਰੋਮ ਹੋਈ ਹੋਈ ਆ ਆਹ ਪਿਓਰ ਸਟੀਲ ਆ ਹੈਗਾ ਸਟੀਲ ਦਾ ਸਾਰਾ ਮਟੀਰੀਅਲ ਜਿੰਨਾ ਵੀ ਫਿੱਟ ਹੋਣਾ ਉਹਦਾ ਵੇਟ ਦੇਖ ਲਓ 48 ਕਿਲੋ ਆ ਆਪਾਂ ਲਾਈਫ ਟਾਈਮ ਗਾਰੰਟੀ ਦੇ ਰਹੇ ਹਾਂ ਜੋ ਵੀ ਤੁਹਾਡੇ ਨਾਮ ਤੇ ਤੁਹਾਡੀ ਵੀਡੀਓ ਦੇ ਸਾਡੇ ਕੋਲ ਆਉਂਦਾ ਜੀ ਟਰੈਕਟਰ ਦੇ ਫਿਟਿੰਗ ਕਰਵਾਉਣ ਅਸੀਂ ਉਹਦਾ ਪੂਰਾ ਮਾਨਦਾਨ ਕਰਾਂਗੇ ਜੀ ਬੀਲ ਫਿੱਟ ਕਰਾਉਂਦੇ ਕਰਾਉਂਦੇ ਆਪਣਾ ਭਰਾ ਮਿਲ ਗਿਆ ਤੇਲ ਲੰਘਿਆ ਜਾਂਦਾ ਸੀ ਬਾਈ ਆ ਗਿਆ ਹੋਰ ਭਰਾ ਕੀ ਹਾਲ ਚਾਲ ਆ ਪਿੰਡ ਕਿਹੜਾ ਵੀਰੇ ਬਲਿਆਲ ਤੋਂ ਡੈਡੀ ਨਾਲ ਜਾਏਗਾ ਕੋ ਮੇਰੇ ਨਾਲ ਮੇਰੇ ਨਾਲ ਕੀ ਹਾਲ ਚਾਲ ਆ ਮਿੱਤਰੋ ਪਾਰਟ 2 ਚ ਬਈ ਸਭ ਦਾ ਸਵਾਗਤ ਆ ਤੇ ਅੱਜ ਆਪਾਂ ਚੱਲੇ ਸੀ ਭਵਾਨੀਗੜ੍ਹ ਦੀਪੂ ਦਾ ਕੱਪੜੇ ਕੁੱਪੜੇ ਬਦਲਣ ਲੱਗ ਗਿਆ ਤੇ ਤੁਹਾਨੂੰ ਪਤਾ ਹੈ ਨਾ ਪਾਰਟ 1 ਚ ਤੁਹਾਨੇ ਦੇਖਿਆ ਹੀ ਆ ਤੇ ਆਪਾਂ ਜਿਹੜੇ ਇਹਦੇ ਕਵਰ ਜਿਹੜੇ ਉਹ ਤੁਹਾਨੂੰ ਉੱਥੇ ਦੱਸਾਂਗੇ ਕੀ ਸਿਸਟਮ ਆ ਆ ਬੈਕ ਸਾਈਡ ਵੀ ਤੇ ਫਰੰਟ ਸਾਈਡ ਵੀ ਸਾਰਾ ਕੁਝ ਆ ਜਿਹੜਾ ਨਵੀਂ ਮੋਡੀਫਿਕੇਸ਼ਨ ਕਰਨ ਲੱਗਿਆ ਤੇ ਫਿਰ ਆਪਾਂ ਫਤਿਹਗੜ੍ਹ ਸਾਹਿਬ ਦੀ ਤਿਆਰੀ ਆ ਬਾਕੀ ਤੇ ਹੋਰ ਵੀ ਪਾਰਟ 3 ਚ ਆ ਸਟਿਕਰ ਸਟੂਕਰ ਆਪਾਂ ਸਾਰੇ ਚੇਂਜ ਕਰਾ ਦੇਣੇ ਆ ਨਵੀਂ ਲੁੱਕ ਬਣਾ ਦੇਣੀ ਆ ਮਸਟੈਂਗ ਦੀ ਕਹਿੰਦੇ ਦੀਪੂ ਤੇ ਹਾਂ ਹੁਣ ਤੁਹਾਨੂੰ ਮਿਲਦੇ ਆਪਾਂ ਭਵਾਨੀਗੜ੍ਹ ਜਾ ਕੇ ਤੁਹਾਨੂੰ ਦਿਖਾਉਂਦੇ ਆਪਾਂ ਕੀ ਚੀਜ਼ ਜਿਹੜੀ ਪਾਉਣ ਲੱਗਿਆਂ ਟਾਇਰਾਂ 'ਚ ਅਤੇ ਉੱਥੇ ਜਾ ਕੇ ਮਿਲਦੇ ਹਾਂ ਹੁਣ ਚਲੋ ਆ ਜਾਂਦੀ ਪੁੱਛ ਲਈਏ ਲੈ ਮੁੰਡਾ ਲੰਘਿਆ ਜਾਂਦਾ ਸੀ ਆ ਮੁੜ ਕੇ ਆਇਆ ਕਹਿੰਦਾ ਵੀਡੀਓ ਬਣਾਉਣੀ ਆ ਉੱਧਰ ਨੂੰ ਜਾ ਰਿਹਾ ਸੀ ਲੰਘਿਆ ਅਸੀਂ ਰੋਕ ਲਿਆ ਅਤੇ ਹੁਣ ਵੀਡੀਓ ਬਣਾ ਕੇ ਮੁੰਡਾ ਅਸੀਂ ਚੱਲੇ ਅੱਗੇ ਆਹ ਰਸਤਾ ਕੱਪੜੇ ਨੂੰ ਲੰਘਿਆ ਅਤੇ ਆਹ ਸਰਵਿਸ ਰੋਡ 'ਤੇ ਉਹ ਸਾਹਮਣੇ ਪਈਆਂ ਸੀ ਦੁਕਾਨ ਆ ਲੈ ਮਿੱਤਰੋ ਪਹੁੰਚ ਗਏ ਸੀ ਬਾਈ ਦੀ ਦੁਕਾਨ 'ਤੇ ਅਤੇ ਆਹ ਦੇਖੋ ਹੁਣ ਲੱਗ ਰਹੇ ਖਾਲੀ ਖਾਲੀ ਮੈਂ ਤੁਹਾਨੂੰ ਮਾੜਾ ਜਿਹਾ ਸਿਸਟਮ ਦਿਖਾਵਾਂ ਆਪਣਾ ਜਿਹੜਾ ਬਣਿਆ ਪਿਆ ਅਤੇ ਆਹ ਦੇਖੋ ਬਾਕੀ ਤਾਂ ਤੁਹਾਨੂੰ ਸਾਰਾ ਫਿੱਟ ਕਰਕੇ ਦਿਖਾਵਾਂਗੇ ਆਹ ਚੈੱਕ ਕਰੋ ਅਤੇ ਆਹ ਤਾਂ ਲੋਹੇ ਦੇ ਬਣਾ ਕੇ ਕ੍ਰੋਮ ਹੋਈ ਹੋਈ ਆ ਆਹ ਪਿਓਰ ਸਟੀਲ ਆ ਅਤੇ ਬਾਕੀ ਫਿੱਟ ਕਰਕੇ ਦੇਖਿਓ ਵੀ ਚੀਜ਼ ਕੀ ਆ ਸਪਿਨਰ ਨਹੀਂ ਆਪਾਂ ਕਹਿ ਸਕਦੇ ਇਹਨਾਂ ਨੂੰ ਵੀਡੀਓ ਜਿਹੜੀ ਤੁਸੀਂ ਪੂਰੀ ਦੇਖਿਓ ਉਹ 'ਚ ਚੀਜ਼ ਦਿਖਾਵਾਂਗੇ ਫਿਟਿੰਗ ਦੇਖੋ ਬਸ ਪ੍ਰੋਪਰ ਹੁਣ ਆਪਾਂ ਕਰਦੇ ਹਾਂ ਫਿੱਟ ਫਿਰ ਦਿਖਾਉਂਦੇ ਸਿਸਟਮ ਅਤੇ ਇੱਧਰ ਕਲਰ ਹੋਏ ਵੀ ਪਏ ਨੇ ਇਕੱਲਾ ਇਕੱਲਾ ਮਾਡਲ ਆਪਾਂ ਲਾ ਕੇ ਦੇਖਾਂਗੇ ਜਿਹੜਾ ਵਧੀਆ ਲੱਗੂ ਆਪਾਂ ਉਹ ਲਵਾਉਣਾ ਆਪਾਂ ਨੇ ਸਟੀਲ ਦਾ ਵੈਸੇ ਆਪਾਂ ਤਿਆਰ ਕਰਾਇਆ ਸੀ ਆਪਾਂ ਨੂੰ ਕ੍ਰੋਮ ਵਾਲਾ ਵਧੀਆ ਲੱਗਦਾ ਪਹਿਲਾਂ ਤਾਂ ਬਾਈ ਉਹੀ ਬਣਾਉਂਦੇ ਸੀ ਨਾ ਬਲੈਕ ਬਲੈਕ ਬਣਾ ਰਹੇ ਸੀ ਅਤੇ ਇਹ ਆਪਾਂ ਕਿਹਾ ਸੀ ਇਹਨਾਂ ਨੂੰ ਬਾਈ ਕ੍ਰੋਮ ਵਾਲਾ ਕਰਾਉਣਾ ਇਹਨਾਂ ਨੇ ਕ੍ਰੋਮ ਵਾਲਾ ਵੀ ਬਣਾਤਾ ਅਤੇ ਪਿਓਰ ਸਟੀਲ ਦਾ ਵੀ ਬਣਾਤਾ ਹੁਣ ਆਪਾਂ ਦੇਖਦੇ ਹਾਂ ਕਿਹੜਾ ਲਾਉਣਾ ਅਤੇ ਫਿਟਿੰਗ ਕਰਦੇ ਹਾਂ ਸ਼ੁਰੂ ਲੈ ਵੀ ਮਿੱਤਰੋ ਟੋਟਲ ਵੇਟ ਦਿਖਾਉਂਦੇ ਤੁਹਾਨੂੰ ਹੈਗਾ ਸਟੀਲ ਦਾ ਸਾਰਾ ਮਟੀਰੀਅਲ ਜਿੰਨਾ ਵੀ ਫਿੱਟ ਹੋਣਾ ਉਹਦਾ ਵੇਟ ਦੇਖ ਲਓ 48 ਕਿਲੋ ਆ ਲਵੀ ਮਿੱਤਰੋ ਫਿਟਿੰਗ ਕਰਤੀ ਸ਼ੁਰੂ ਪਹਿਲਾਂ ਲੱਗਦੀ ਹੈ ਇੱਕ ਪਲੇਟ ਆ ਫਿਰ ਇਹਦੇ ਉੱਤੇ ਜਿਹੜਾ ਕਵਰ ਲੱਗੂ ਆ ਜਿਹੜਾ ਮੈਂ ਤੁਹਾਨੂੰ ਕੱਲ੍ਹ ਦੱਸਿਆ ਸੀ ਵੀ ਪਾਣੀ ਪੂਣੀ ਲੱਗਣ ਦਾ ਨਾਟਾਂ ਨੂੰ ਕੋਈ ਚਾਂਸ ਨਹੀਂ ਉਹ ਪਲੇਟ ਵੀ ਦਿਖਾਉਂਦੇ ਹਾਂ ਪਹਿਲਾਂ 4 ਸਰਾਖਾਂ 'ਚ ਇੱਕ ਪਲੇਟ ਲੱਗਦੀ ਆ ਫਿਰ ਇਹਦੇ ਉੱਤੇ ਜਿਹੜਾ ਕਵਰ ਆਊਗਾ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ ਹੁਣ ਜਿਹੜੀ ਚੀਜ਼ ਦਾ ਇੰਤਜ਼ਾਰ ਆ ਉਹ ਦਿਖਾਉਣ ਲੱਗਿਆਂ ਤੁਹਾਨੂੰ ਬਸ ਇੱਕ ਪਲੇਟ ਕਾਸ ਲਈ ਬਾਕੀ ਅੱਗੇ ਦੇਖੋ ਕੀ ਚੀਜ਼ ਲਾਉਣ ਲੱਗਿਆਂ ਲੈ ਵੀ ਮਿੱਤਰੋ ਪਲੇਟ ਹੋ ਗਈ ਫਿੱਟ ਅਤੇ ਜਿਹੜੀ ਮੈਂ ਤੁਹਾਨੂੰ ਕੱਲ੍ਹ ਚੀਜ਼ ਕਿਹਾ ਸੀ ਵੀ ਆਹ ਜਿਹੜੀ ਜਾਰ ਵਾਲੀ ਪ੍ਰੋਬਲਮ ਆ ਉਹ ਆਹ ਚੀਜ਼ ਆ ਇਹ ਦੇਖੋ ਇਹ ਤਾਂ ਫਿੱਟ ਹੋਣੀ ਆ ਆਹ ਜਿਹੜਾ ਰਬੜ ਰਿੰਗ ਆ ਇਹ ਜਾਣੀ ਕਿ ਪਾਣੀ ਨਹੀਂ ਅੰਦਰ ਆਉਣ ਦਿੰਦਾ ਲਾਈ ਬਈ ਇਹਨੂੰ ਅਤੇ ਆਹ ਦੇਖੋ ਇਹ ਪ੍ਰੋਪਰ ਰਾਵਟ ਰਿੰਗ 'ਤੇ ਜ਼ੋਰ ਪੈ ਜਾਣਾ ਜਾਣੀ ਕਿ ਸੀਲ ਲਾ ਗਈ ਬੰਦ ਹੋ ਗਿਆ ਸਿਸਟਮ ਪਾਣੀ ਜਿਹੜਾ ਅੰਦਰ ਨਹੀਂ ਜਾਣਾ ਇੱਕ ਬੋਲਟ ਉਰੇ ਲੱਗਣਾ ਬਾਕੀ ਫਿਟਿੰਗ ਤੁਹਾਨੂੰ ਦਿਖਾਉਣੀ ਆ ਲਾ ਬਈ ਇਹ ਜਿਹੜਾ ਇਹਦਾ ਸਪੈਸਰ ਨਾਲ ਵੀ ਬਾਹਰ ਕੱਢਣ ਵਾਸਤੇ ਨਾਲੇ ਫਿੱਟ ਹੋਣਾ ਇਸੇ ਦੇ ਜ਼ੋਰ 'ਤੇ ਉਹ ਖੜਨਾ ਅਤੇ ਇਹਦੇ ਉੱਤੇ ਜਿਹੜਾ ਸਿਸਟਮ ਆਪਾਂ ਲਵਾ ਰਹੇ ਹਾਂ ਉਹ ਆਉਣਾ ਵੀਡੀਓ ਜਿਹੜੀ ਪੂਰੀ ਦੇਖਿਓ ਤੁਸੀਂ ਹੁਣ ਨਵੀਂ ਮਿੱਤਰੋ ਫੀਟਿੰਗ ਵਾਲੇ ਤਾਂ ਬਾਈਆਂ ਨੇ ਚਿੱਬ ਕੱਢੇ ਪਏ ਆ ਜਿਵੇਂ ਆਪਾਂ ਇਹ ਕਹੀਏ ਵੀ ਇਹ ਕੋਈ ਜਗਾੜੂ ਸੌਦਾ ਨਹੀਂ ਹੈ ਸਾਰਾ ਕੰਮ ਡਰਾਇੰਗ 'ਤੇ ਹੋਇਆ ਹੋਇਆ ਜਾਣੀ ਕਿ ਅੱਧੇ ਅੱਧੇ ਸੂਤ ਦਾ ਵੀ ਕਿਸੇ ਚੀਜ਼ ਦਾ ਫਰਕ ਨਹੀਂ ਹੈ ਸਾਰਾ ਘੈਂਟ ਕੰਮ ਕਰ ਆ ਪੂਰਾ ਲੈ ਵੀ ਮਿੱਤਰੋ ਬੀਲ ਫਿੱਟ ਕਰਾਉਂਦੇ ਕਰਾਉਂਦੇ ਆਪਣਾ ਭਰਾ ਮਿਲ ਗਿਆ ਤੇਲ ਲੰਘਿਆ ਜਾਂਦਾ ਸੀ ਬਾਈ ਆ ਗਿਆ ਹੋਰ ਭਰਾ ਕੀ ਹਾਲ ਚਾਲ ਆ ਪਿੰਡ ਕਿਹੜਾ ਵੀਰੇ ਬਲਿਆਲ ਤੋਂ ਬਾਈ ਲੰਘਿਆ ਜਾਂਦਾ ਸੀ ਪਰਲੇ ਰੋਡ ਟਰੈਕਟਰ ਦੇਖ ਕੇ ਸਪੈਸ਼ਲ ਇੱਧਰ ਦੀ ਆਇਆ ਧੰਨਵਾਦ ਯਾਰ ਬਹੁਤ ਪਿਆਰ ਕਰਦੇ ਹੋ ਭਰਾ ਤੁਸੀਂ ਮਿੱਤਰੋ ਫਰੰਟ ਦੀ ਤੁਹਾਨੂੰ ਦਿਖਾਉਂਦੇ ਹਾਂ ਇਹਦੀ ਫਿਟਿੰਗ ਕਿਵੇਂ ਹੋਣੀ ਆ ਚਲੋ ਬਈ ਇਹਦੇ ਨਾਲ ਵੀਰੇ ਪਾਣੀ ਪੂਣੀ ਤਾਂ ਨਹੀਂ ਜਾਂਦਾ ਵਿੱਚ ਨਹੀਂ ਨਹੀਂ
अच्छा प्रोपर रबड़ रिंग जो लग्या हो पानी जा गारा गुरा बेच ना जाए बैरिंग कोई नुकसान ना हो लवे मित्रों फ्रंट की फिटिंग आ गई ये उत्ते आजूगा फील लवे मित्रों लवाने का आप स्टील वाले ने पर थोड़ी चैक करा दिए आ कलर कोटिंग हुई हुई आ ब्लैक तुम दस्यो हूँ किड़े सोहने लगते आ लवे मित्रों आता हो गए कलर कोटिंग वाले तो हूँ आप करते हैं स्टील वाले फिट मित्रों जिहड़े पहला लाए थे वह आप लाए थे प्योर स्टील दे ते ए होई हुई आ क्रोम यह है लोहे दे पर क्रोम होई हुई आ इहदी चमक जरूर देखण नूं ज़्यादा लगती आ पर जिहड़ी स्टील प्योर स्टील उहदी थोड़ी जी लाइफ वध आ पर इहदी जिहड़ी क्रोम होई हुई आ बहुत ज़्यादा सफाई चा देखो देखदा मूँह देखो क्रोम बड़ी घेंट होई हुई है डिजाइन चेक करो पहला तो तुसीं सारे डिजाइन किड़े किड़े बनाते हैं एक दो डिजाइन सेम ही लाई थी पहला वो एक डिजाइन हो गया तो दूजा ये बाकी डिजाइन चेक कर लियो तुसी लाई भाई अगला डिजाइन ये भी मित्रों डिजाइन नंबर तीन ये भी क्रोम च जे थोनों ब्लैक च पसंद ने तो सारे डिजाइन जोड़े ब्लैक च भी हो जाएंगे तुम ऑर्डर से करा सकते हो बाकी थोड़ा ब्लैक डिजाइन आ गए वह भी फिट करके दिखाने कस्यो भी रहे भी मित्रों हो गया अगला डिजाइन फिट तो बाकी चाहे तुम ये क्रोम च करा रहे हो चाहे ब्लैक च बाकी डिजाइना की मैं थोड़ा ड्रैंग उत्ते वीडियो जी पेस्ट कर देना इन्होंने को बाइया को डिजाइन आ तो जोड़ा थोड़ा डिजाइन पसंद आता ऑर्डर से तैयार करा सकते हो अगला आ करो भीरे फिट लै भी मित्रों एक डिजाइन होर फिट हो गया तो फिलहाल शॉप से आ डिजाइन जोड़े तैयार पे थे बाकी ड्रैंग है जी मैं वीडियो पेस्ट करती जोड़ा थोनों डिजाइन पसंद आता वो तुम ऑर्डर कर सकते हो भावें स्टील च बनवा लो भावें अपना को ब्लैक कोटिंग च ये लोहे के उत्ते कि कलर होया हुआ भी ये पाउडर कोटिंग ब्लैक उत्ते रबड़ चढ़नी है जी कन्नी चढ़नी है जिमें वो चीज़ उरे लगनी आ जिमें अपना नवा ट्रैक्टर हों स्कोच करते हैं भी स्क्रैच ना पवे वो उत्ते रबड़ लगनी है तो वो ये फिक्स होनी आ जाने कि स्क्रैचिंग बिल्कुल भी नहीं होनी वो किमें चाड़ रहे थोड़ा दिखा होना भाई आ देखो ये रावड़ा जी रिम टच होनी है भी स्क्रैच वगैरह ना पैना मित्रों रावड़ लग गई यदा कम की है रावड़ का वो देखो हूँ ये आखो आ कन्नी नाला जरा भी स्क्रैच वगैरह नहीं पेंदे रिम मित्रों फिट कर ले दोए पर कन्फ्यूज हो गए सारे हूँ पता नहीं लग रहा भी स्टील वाले रखिए जा रखिए क्रोम वाले आता क्रोम हुई हुई आ तो जिहड़ा फ्रंट से लग्या होया वो प्योर स्टील का हुण यार सारे सोची पै रहे ने भी किहड़ा रखिए डिसाइड करदे आ देखदे आ चमक क्योंकि क्रोम हुई हुई आ थोड़ी जी कोटिंग तां करके थोड़ी जी हाईलाइट जिहा लग रहा और ओरिजिनल चीज़ आदि लाइफ भी ज्यादा आ देखदे आ फिर हुण किहड़ा रखिए बाकी तुसीं दसो किहड़ा वधिया लगता आपां तां जे हुण कोई स्टील वाला लवा लिया फिर बाद च चेंज भी कर देंगे कोई चक्कर नहीं तुसीं कमेंट करके दसो मित्रों काफ़ी जिदोजहद के बाद स्टील वाले डिसाइड करे ने तो बइया ने ऑफर भी देता कहते एक बार ले जाओ ला के जे थोड़ा चित कहते डावाडोल करता रहा तो फिर क्रोम वाले ला देंगे कोई चक्कर नहीं तो हूँ आप स्टील वाले लवा लगे आह प्योर स्टील है नी जर जोर आने का कोई सवाल पैदा नहीं आह चीज़ है जी क्रोम वाली आ देखो हूँ आप स्टील वाले लाने लगे ओरिजिनल ले भी मित्रों बील कवर जिहड़े हो गए फिट इहनूं आपां स्पिनर नहीं कह सकते बील कवर ने जाने कि अलाए की लुक दे रहे ने क्योंकि यह ट्रैक्टर चलूगा तो नाले चलते ने जिवें अलाया अलाए समझो इहनूं रेट जिहड़ा दा क्रोम वाला तो चाहे स्टील च लवा लो चाहे लवा लो क्रोम वाला रेट इहदा इक्को ही आ ते बाकी रेट किन्ना वह मैं थोनों बाई तो पुछ के दस दें गलबात कराने इहदा वेट थोनों मैं दस दिता तकरीबन 40 किलो
ले भी मित्रों बील हो गए जिहड़े फिट ते जिहड़ी इक यार मेन चीज़ आ इहदा टूल वगैरह है जिहड़ा नाल दिंदे ने आपां नूं जिवें आपां पहलां मैनूं भी लगदा सी वी आपां रिम किवें धोवांगे क्योंकि हत्थ पैंदा नहीं आह चीज़ा खुल के इहनूं आपां कवर नूं कढ सकदे हां ते फिर आपां चंगी तरह रिम धो सकदे हां ते इहदा प्राइज़ वगैरह जिहड़ी आपां बाई नाल कराउंदे हां गल्लबात ते तुहानूं दस्सदे हां आपां नूं किन्ने दे पए आ किन्ना वजन वुजन तुहानूं सारा कुछ देख लिया ते आओ हुण बाई नाल गल्लबात कराउंदे हां। ले बई पहला तो साढ़े चैनल पर थोड़ा स्वागत आ तो बई जिहड़ा प्रोजेक्ट थोड़ा अपने ट्रैक्टर से लवाया अपन आ गया पसंद आ जे ना पसंद आता सोनू मैं वीडियो च नहीं लेना सी क्योंकि मैनू आ गया पसंद आता करके मैं सोचो सारी जानकारी जी साढ़े दर्शकों तक पहुँचानी चाहना ठीक है वो बारे माड़ा जहाँ सूँ दसो सिस्टम पहला तो सीधी जी गल बाइयों सारा कुछ मैं दिखा दा जो सिस्टम लवाया अपने तो पहला तो मेरे वाले का रेट दस दो ये अपने जिहड़े व्हील कवर लगे ने स्टेनलैस स्टील दे ने जी ये ते इन्हां दा रेट हैगा जी 20,500 ते बई है ना ये आइडिया तुसी डिफरेंट आपां पहलां भी दस के आना मैं वीडियो भी आपां डिफरेंट जी चीज़ लवाउण लग्गे आं आइडिया कित्थों आया तुसी कदों दा कम शुरू किया की अपना कम कर बिल्कुल जी ये साडी जिहड़ी वर्कशॉप तो बहुत पुरानी है जी ये 1985-86 तो साढ़े फादर साहब साढ़े दादा जी टैक्नीकल काम शुरू करता सी जी काफ़ी उन्होंने जिवें इंडस्ट्री टाइप का काफ़ी टैक्नीकली काम शुरू कर लिया से जी उन्होंने बस वो उदों दी असीं भी टैक्नीकल काम दे विच असीं पाए हुए हैं जी ते अज तो 4 साल पहला साढ़े दिमाग दे विच भी आइडिया आया कि असीं ट्रैक्टर देखदे सी कि अजकल ट्रैक्टर बहुत मॉडिफाई हो रहे हैं हाँ जी हाँ जी इन्हां दे बहुत ही तुहाडे वर्गे शकीन जिहड़े बंदे ने ਉਹ ਵਧੀਆ ਵਧੀਆ ਸਮਾਨ ਲਗਵਾ ਰਹੇ ਨੇ ਜੀ ਹਾਂਜੀ ਸਾਡੇ ਦਿਮਾਗ ਦੇ ਵਿੱਚ ਵੀ ਆਈਡੀਆ ਆਇਆ ਕਿ ਅਸੀਂ ਵੀ ਕੋਈ ਨਾ ਕੋਈ ਐਸਾ ਪ੍ਰੋਡਕਟ ਬਣਾਈਏ ਜੋ ਤੁਹਾਨੂੰ ਪਸੰਦ ਆਵੇ ਜੀ ਤੇ ਇੱਕ ਹਜੇ ਤੱਕ ਇਹ ਕਿਸੇ ਨੇ ਬਣਾਇਆ ਵੀ ਨਹੀਂ ਇਹ ਪਹਿਲੀ ਵਾਰ ਸੋਨੇ ਬਣਾਇਆ ਤੇ ਤੁਸੀਂ ਤਾਂ ਇਹਦੇ ਕਾਗਜ਼ ਪੱਤਰ ਵੀ ਜਿਹੜੇ ਪੱਕੇ ਕਰਾਈ ਫਿਰਦੇ ਹੋ ਇਹ ਵੀ ਮੈਨੂੰ ਬੜਾ ਵਧੀਆ ਸਿਸਟਮ ਲੱਗਾ ਇਹਦੇ ਬਾਰੇ ਦੱਸਿਓ ਮੜਾ ਤੁਸੀਂ ਇਹ ਆਪਾਂ ਨੇ ਜਦੋਂ ਪ੍ਰੋਡਕਟ ਸੋਚਿਆ ਵੀ ਅਸੀਂ ਇਹ ਪ੍ਰੋਡਕਟ ਬਣਾਉਣਾ ਹੈ ਫਿਰ ਅਸੀਂ ਇਸ ਨੂੰ ਪੇਟੈਂਟ ਕਰਵਾਉਣ ਦੀ ਸੋਚੀ ਜੀ ਪਹਿਲਾਂ ਅਸੀਂ ਇਸ ਨੂੰ ਪੇਟੈਂਟ ਕਰਵਾਇਆ ਜਾਨੀ ਕਿ ਪੰਜਾਬੀ 'ਚ ਦੱਸ ਦਈਏ ਵੀ ਇਹਨੂੰ ਕੋਈ ਕਾਪੀ ਨਹੀਂ ਕਰ ਸਕਦਾ ਪੇਟੈਂਟ ਦਾ ਮਤਲਬ ਇਹ ਹੈ ਜੀ ਕਿ ਇਹ ਆਪਣੇ ਕੋਲ ਭਾਰਤ ਸਰਕਾਰ ਵੱਲੋਂ ਪੇਟੈਂਟ ਸਰਟੀਫਿਕੇਟ ਪ੍ਰਾਪਤ ਹੈ ਜੀ ਇਹ ਆਪਣਾ ਪ੍ਰੋਡਕਟ ਇਸ ਨੂੰ ਕੋਈ ਵੀ ਬੰਦਾ ਕਾਪੀ ਨਹੀਂ ਕਰ ਸਕਦਾ ਜੀ ਅਤੇ ਸਾਡੀ ਮਰਜ਼ੀ ਤੋਂ ਬਿਨਾਂ ਨਾ ਹੀ ਬਣਾ ਸਕਦਾ ਜੀ ਨਾ ਹੀ ਕੋਈ ਬੰਦਾ ਫਿਟਿੰਗ ਕਰ ਸਕਦਾ ਜੀ ਜੇ ਕੋਈ ਬਣਾਉਂਦਾ ਇਹਨਾਂ ਬਾਈਆਂ ਕੋਲ ਅਧਿਕਾਰ ਆ ਵੀ ਉਹ ਬੰਦੇ 'ਤੇ ਕੇਸ ਕਰ ਸਕਦੇ ਬਿਲਕੁਲ ਜੀ ਦੇਖੋ ਆਪਣੇ ਕੋਲ ਸਰਟੀਫਿਕੇਟ ਹੈਗਾ ਜੀ ਇਹ ਪੇਟੈਂਟ ਸਰਟੀਫਿਕੇਟ ਹੈਗਾ ਜੀ ਹਾਂਜੀ ਭਾਰਤ ਸਰਕਾਰ ਵੱਲੋਂ ਆਪਾਂ ਨੂੰ ਮਿਲਿਆ ਹੋਇਆ ਜੀ ਅਤੇ ਅਗਰ ਬੰਦਾ ਕੋਈ ਕਾਪੀ ਕਰਦਾ ਜੀ ਇਸ ਨੂੰ ਤਾਂ ਆਪਾਂ ਉਸ ਨੂੰ ਕਲੇਮ ਕਰ ਸਕਦੇ ਹਾਂ ਜੀ ਇਸ 'ਤੇ ਸਰਟੀਫਿਕੇਟ ਨੰਬਰ ਲਿਖਿਆ ਹੋਇਆ ਜੀ ਸਾਰਾ ਕੁਛ ਅਤੇ ਇਹਨੂੰ ਫਿਰ ਅਸੀਂ ਪ੍ਰੋਡਕਟ ਪੇਟੈਂਟ ਕਰਵਾਉਣ ਤੋਂ ਬਾਅਦ ਜੀ ਫਿਰ ਇਸ ਨੂੰ ਅਸੀਂ ਮਾਰਕੀਟ ਦੇ ਵਿੱਚ ਲੈ ਕੇ ਆਏ ਹਾਂ ਠੀਕ ਆ ਜੀ ਅਤੇ ਜਿਹੜਾ ਆਪਣਾ ਬਲੈਕ ਆ ਬਲੈਕ ਆ ਦਿਖਾਏ ਨੇ ਮੈਨੇ ਪਹਿਲਾਂ ਬਾਈਆਂ ਨੂੰ ਆਪਣੇ ਸਪਿਨਰ ਉਹਦਾ ਪ੍ਰਾਈਜ਼ ਆ ਇਹ 3 ਤਰ੍ਹਾਂ ਦੇ ਨੇ ਵੀਰ ਜੀ ਆਪਣੇ ਇੱਕ ਤਾਂ ਪਾਊਡਰ ਕੋਟਿੰਗ ਹੋਈ ਜੀ ਬਲੈਕ ਕਲਰ ਦੇ ਵਿੱਚ ਦੂਸਰੀ ਹੋ ਗਈ ਜੀ ਨਿਕਲ ਪਲੇਟਿੰਗ ਅਤੇ ਤੀਸਰੇ ਹੋ ਗਏ ਆਪਣੇ ਸਟੇਨਲੈਸ ਸਟੀਲ ਜਿਹੜੇ ਆਪਣੇ ਲੱਗੇ ਆ ਬਿਲਕੁਲ ਜਿਹੜੇ ਤੁਹਾਡੇ ਅਸੀਂ ਪ੍ਰੋਜੈਕਟਰ ਤੇ ਫਿੱਟ ਕੀਤੇ ਨੇ ਠੀਕ ਹੈ ਜੀ ਜਿਹੜੇ ਆਪਣੇ ਬਲੈਕ ਕੋਟਿੰਗ ਵਾਲੇ ਨੇ ਜੀ ਉਹਨਾਂ ਦਾ ਰੇਟ ਹੈਗਾ ਜੀ 15,000 ਫਿਟਿੰਗ ਦੇ ਨਾਲ ਜੀ ਓਕੇ ਜੀ ਜਿਹੜਾ ਆਪਣਾ ਨਿਕਲ ਪਲੇਟਿੰਗ ਹੈ ਜੀ ਉਹ ਹੈਗਾ ਜੀ ਆਪਣਾ 19,500 ਤੇ ਜਿਵੇਂ ਮੰਨ ਲਓ ਕਈ ਵਾਰ ਦੂਰ ਦਾ ਟਰੈਕਟਰ ਆ ਉਰੇ ਨਹੀਂ ਆ ਸਕਦੇ ਲੱਗਦਾ ਅਗਲੇ ਨੂੰ ਵੀ 2-4 ਹਜ਼ਾਰ ਦਾ ਤੇਲ ਲੱਗ ਜੂ ਉਹਨਾਂ ਵਾਸਤੇ ਫਿਰ ਇਹੀ ਰੇਟ ਆ ਜੇ ਤੁਸੀਂ ਜਾ ਕੇ ਫਿੱਟ ਕਰਕੇ ਆਉਂਦੇ ਹੋ ਜੇ ਆਪਾਂ ਜਾ ਕੇ ਫਿੱਟ ਕਰਕੇ ਆਉਂਦੇ ਫਿਰ ਉਹ ਥੋੜਾ ਖਰਚਾ ਪੈ ਜਾਂਦਾ ਜੀ ਓਕੇ ਖਰਚਾ ਥੋੜਾ ਅਲੱਗ ਲੱਗਣਾ ਜੀ ਜਾਨੀ ਕਿ ਬਸ ਤੇਲ ਦਾ ਖਰਚਾ ਲੈਣੇ ਹੋ ਫਿੱਟ ਤੁਸੀਂ ਉੱਥੇ ਜਾ ਕੇ ਵੀ ਕਰਿਆ ਨੇ ਹੋ ਫਿਟਿੰਗ ਕਰਿਆਵਾਂਗੇ ਜਾ ਕੇ ਹਾਂ ਜਾਨੀ ਕਿ ਅਗਲੇ ਦਾ ਟਾਈਮ ਬਚ ਜਾਂਦਾ ਬੰਦਾ ਖੁਦ ਫਿਟਿੰਗ ਕਰ ਲੇਗਾ ਜੀ ਤਾਂ ਆਪਾਂ ਟਰਾਂਸਪੋਰਟ ਦੇ ਵਿੱਚ ਵੀ ਉਹਨਾਂ ਕੋਲ ਭੇਜ ਸਕਦੇ ਹਾਂ ਓਕੇ ਜੀ ਚਲੋ ਮੰਨ ਲਓ ਵੀ ਆਪਣਾ ਹੋਰ ਸਟੇਟ ਦੇ ਬੰਦੇ ਵੀਡੀਓ ਦੇਖ ਰਹੇ ਨੇ ਹਰਿਆਣਾ MP UP ਚ ਜੇ ਮੰਗਵਾਉਣਾ ਚਾਹੁੰਦੇ ਇਹ ਪ੍ਰੋਜੈਕਟ ਤਾਂ ਤੁਸੀਂ ਭੇਜ ਦਿਓ ਡਿਲੀਵਰੀ ਬਿਲਕੁਲ ਭੇਜ ਦੇ ਜੀ ਡਿਲੀਵਰੀ ਦਾ ਐਕਸਟਰਾ ਚਾਰਜਸ ਜਾਂ ਇਸੇ ਖਰਚੇ ਚ ਡਿਲੀਵਰੀ ਦਾ ਖਰਚਾ ਅਸੀਂ ਲਵਾਂਗੇ ਜੀ ਫਿਟਿੰਗ ਫਿਰ ਬੰਦੇ ਨੂੰ ਖੁਦ ਕਰਵਾਉਣੀ ਪੈਣੀ ਉੱਤੇ ਜੋ ਵੀ ਜਿਸ ਕੋਲ ਵੀ ਅਸੀਂ ਕਸਟਮਰ ਨੇ ਉਹ ਖੁਦ ਫਿਟਿੰਗ ਕਰਵਾਉਣੀ ਹਾਂ ਫਿਟਿੰਗ ਕੋਈ ਜ਼ਿਆਦਾ ਨਹੀਂ ਹੈਗੀ ਹਨਾ ਨਾਰਮਲ ਫਿਟਿੰਗ ਆ ਵੀਡੀਓ ਤੁਸੀਂ ਦੇਖ ਕੇ ਲਈ ਫਿਟਿੰਗ ਦੀ ਜੇ ਕੋਈ ਹੋਰ ਉਹ ਚਲ ਮੰਗਾਉਣਾ ਚਾਹੁੰਦਾ ਸਟੇਟ 'ਚ ਤਾਂ ਡਿਲੀਵਰੀ ਖਰਚਾ ਲੱਗੂਗਾ ਪਰ ਭੇਜ ਦੇਣਗੇ ਵੀਰ ਪ੍ਰੋਡਕਟ ਬੜਾ ਘੈਂਟ ਆ ਯਾਰ ਮੈਨੂੰ ਬੜਾ ਪਸੰਦ ਆਇਆ ਅਤੇ ਤੁਸੀਂ ਦੱਸੋ ਕਮੈਂਟ ਕਰਕੇ ਬਾਕੀ ਬਾਈਆਂ ਨੇ ਇਹ ਨਹੀਂ ਹੈਗਾ ਕੋਈ ਦੇਸੀ ਜਿਹਾ ਕੰਮ ਨਹੀਂ ਹੈਗਾ ਵੀ ਜਗਾੜੂ ਜਿਹਾ ਸਿਸਟਮ ਇਹਨਾਂ ਦਾ ਮੈਨੂੰ ਆਪਾਂ ਨਾਮ ਨਹੀਂ ਦਿਖਾਉਣਾ ਥੋੜ੍ਹਾ ਜਿਹਾ ਇਹ ਹਾਈ ਉਹ ਕਰਨਾ ਆਪਾਂ ਨੇ ਪਰ ਮੈਂ ਤੁਹਾਨੂੰ ਚੀਜ਼ ਦਿਖਾਉਣ ਲੱਗਿਆ ਦੇਖੋ ਇਹ ਜਿਹੜੀ ਆ ਟੇਪ ਲੱਗੀ ਹੈ ਕੋਈ ਨਾਰਮਲ ਟੇਪ ਨਹੀਂ ਹੈ ਇਹਦੇ ਨਾਲ ਵੀ ਜਿਹੜੇ ਕਿਆ ਹੋਇਆ ਹੋਇਆ ਆਪਣਾ ਚੈੱਕ ਵੀ ਜੀ ਆਪਣੇ ਜਿਹੜੀ ਪਾਊਡਰ ਕੋਟਿੰਗ ਹੈ ਨਾ ਜੀ ਉਹ ਟੈਸਟ ਹੋਈ ਵੀ ਆ ਓਕੇ ਜੀ ਯਾਨੀ ਕਿ ਜਿਹੜਾ ਵੀ ਆਪਣਾ ਪੇਂਟ ਹੋ ਰਿਹਾ ਜੀ ਜਾਂ ਪਾਊਡਰ ਕੋਟਿੰਗ ਆਪਣੀ ਹੋ ਰਹੀ ਹੈ ਉਹਦੇ ਆਪਣੇ ਕੋਲੇ ਟੈਸਟ ਸਰਟੀਫਿਕੇਟ ਨਹੀਂ ਜੀ ਓਕੇ ਜੀ ਮਤਲਬ ਇਹਦੀ ਆਪਾਂ ਜੋ ਵੀ ਹੈ ਸਟੇਨਲੈਸ ਸਟੀਲ ਦੀ ਆਪਣੀ ਲਾਈਫ ਟਾਈਮ ਵਾਰੰਟੀ ਹੈ ਜੀ ਓਕੇ ਜਾਨੀ ਕਿ ਨਾਰਮਲ ਉਹ ਰੰਗ ਨਹੀਂ ਹੈਗਾ ਇਹ ਜਿਹੜਾ ਆਪਾਂ ਦੁਕਾਨ ਤੋਂ ਨਹੀਂ ਹੈਗਾ ਜੀ ਇਹ ਪਾਊਡਰ ਕੋਟਿੰਗ ਹੈ ਜੀ ਪਾਊਡਰ ਆਪਣੇ ਪਾਊਡਰ ਕੋਟਿੰਗ ਵਾਲੇ ਵੀਲ ਕਵਰ ਨੇ ਜੀ
या कह लिए ब्लैक कोटिंग वाले व्हील कवर ने जी, ये नीचे भी अपनी दो कोटिंग हुई भी ने जी, इसकी अपनी एक साल की गरंटी है जी। ਜਿਹੜਾ ਨਿਕਲ ਪਲੇਟਿੰਗ ਵਾਲਾ ਜੀ, ਵੈਸੇ ਤਾਂ ਮਾਰਕੀਟ ਦੇ ਵਿੱਚ ਨਿਕਲ ਪਲੇਟਿੰਗ ਦੀ ਕੋਈ ਵੀ ਗਰੰਟੀ ਨਹੀਂ ਦਿੰਦਾ ਜੀ। ਹਾਂਜੀ, ਕ੍ਰੋਮ ਦੀ ਕੋਈ ਬੰਦਾ ਗਰੰਟੀ ਨਹੀਂ ਦਿੰਦਾ ਕਿਸੇ ਚੀਜ਼ ਦੀ। ਕ੍ਰੋਮ ਆਪਣਾ ਕੰਮ ਬਹੁਤ ਵਧੀਆ ਕਰਿਆ ਹੋਇਆ ਜੀ, ਇਸ ਕਰਕੇ ਅਸੀਂ ਨਿਕਲ ਪਲੇਟਿੰਗ ਦੀ 6 ਮਹੀਨੇ ਦੀ ਗਰੰਟੀ ਦਵਾਂਗੇ ਜੀ। ਯਾਨੀ ਕਿ ਕ੍ਰੋਮ ਦੀ, ਬਿਲਕੁਲ ਕ੍ਰੋਮ ਦੀ ਮਿੱਤਰੋ 6 ਮਹੀਨੇ ਦੀ ਗਰੰਟੀ ਆ, ਨਹੀਂ ਤਾਂ ਕੋਈ ਵੀ ਬੰਦਾ ਕ੍ਰੋਮ ਦੀ ਗਰੰਟੀ ਦਿੰਦਾ ਹੀ ਨਹੀਂ ਹੈਗਾ। 6 ਮਹੀਨੇ ਦੀ ਗਰੰਟੀ ਆਪਾਂ ਨੂੰ ਬਾਈਆਂ ਕੋਲੋਂ ਮਿਲ ਗਈ ਆ। ਤੇ ਸਟੇਨਲੈਸ ਸਟੀਲ ਵਾਲਾ ਜਿਹੜਾ ਆਪਣਾ ਵੀਲ ਕਵਰ ਹੈ ਜੀ, ਉਸ ਦੀ ਆਪਣੀ ਆਪਾਂ ਲਾਈਫ ਟਾਈਮ ਗਰੰਟੀ ਦੇ ਰਹੇ ਹਾਂ। ਜਿਹੜਾ ਓਰੀਜਨਲ ਸਟੀਲ ਦੇ ਜਿਹੜੇ ਆਪਾਂ ਲਵਾਇਆ ਉਹਦੀ ਲਾਈਫ ਟਾਈਮ, ਜਿੰਨਾ ਟਾਈਮ ਬੰਦੇ ਨੇ ਰੱਖਣੇ ਨੇ ਉਹਨਾਂ ਟਾਈਮ ਦੀ ਗਰੰਟੀ ਇੱਥੇ ਮਿਲ ਗਈ। ਬਲੈਕ ਕੋਟਿੰਗ ਵਾਲੇ ਦੀ 1 ਸਾਲ ਦੀ ਗਰੰਟੀ ਜੀ, ਨਿਕਲ ਪਲੇਟਿੰਗ ਦੀ 6 ਮਹੀਨੇ ਦੀ ਗਰੰਟੀ ਹੈ ਜੀ, ਤੇ ਸਟੇਨਲੈਸ ਸਟੀਲ ਵਾਲੇ ਦੀ ਜੀ ਲਾਈਫ ਟਾਈਮ ਗਰੰਟੀ ਹੈ ਜੀ। ਹਾਂ ਮਿੱਤਰੋ, ਇੱਕ ਕਹਿਣਾ ਹੁੰਦਾ ਵੀ ਕਹਿਣ ਦੀ ਗਰੰਟੀ, ਕਹਿਣ ਦੀ ਨਹੀਂ ਹੈਗੀ, ਇਹ ਪੱਕਾ ਹੀ ਕੰਮ ਕਰੀ ਬੈਠੇ ਨੇ। ਇਹ ਆਹ ਦੇਖੋ ਮੇਰੇ ਵਾਲਾ ਕਾਰਡ, ਅਮਨ ਪਿੰਡੂ ਟਰੈਕਟਰ ਮਹਿਕਮਾ, ਕਦੋਂ ਲੱਗੇ ਨੇ, ਕਦੋਂ ਦੀ ਗਰੰਟੀ ਆ ਫੁੱਲ, ਹੈ ਨਾ ਵੀਰੇ? ਬਿਲਕੁਲ, ਹਰ ਤਰ੍ਹਾਂ ਦੀ ਗਰੰਟੀ ਹੈ ਜੀ, ਇਹਦੀ ਫਿਟਿੰਗ ਦੀ, ਬਣਾਵਟ ਦੀ, ਪੇਂਟ ਦੀ, ਹਰ ਤਰ੍ਹਾਂ ਦੀ ਗਰੰਟੀ ਹੈ ਜੀ। ਕਿ ਹਰ ਇੱਕ ਚੀਜ਼ ਦੇ ਵਿੱਚ ਵਰਕਿੰਗ 'ਚ ਆ ਕੇ ਖਰਾਬ ਨਹੀਂ ਹੁੰਦੀ, ਬਿਲਕੁਲ ਜੀ, ਬਿਲਕੁਲ, ਚਾਹੇ ਪਾਣੀ 'ਚ ਚੱਲੇ, ਚਾਹੇ ਉੱਦਾਂ ਰੋਡ 'ਤੇ ਚੱਲੇ, ਬਿਲਕੁਲ, ਤੁਸੀਂ ਇਹਨੂੰ ਵਾਹਨ 'ਚ ਚਲਾਓ ਜੀ, ਸੁੱਕੇ 'ਚ ਚਲਾਓ, ਗਿੱਲੇ 'ਚ ਚਲਾਓ, ਹਰ ਤਰ੍ਹਾਂ ਦੀ ਗਰੰਟੀ ਹੈ ਜੀ ਇਹਦੀ, ਬਿਲਕੁਲ ਵੀ ਕਿਸੇ ਫਿਨਿਸ਼ਿੰਗ ਖਰਾਬ ਨਹੀਂ ਹੁੰਦੀ, ਨਿਊ ਰਹਿੰਦੀ ਆ। ਓਕੇ ਜੀ, ਓਕੇ, ਤੇ ਹੁਣ ਇੱਕ ਵਾਰੀ ਰੇਟ ਸਾਨੂੰ ਹੋਰ ਦੱਸ ਦਿਓ ਸਾਰਿਆਂ ਦੇ ਜੀ। ਜਿਹੜੇ ਆਪਣੀ ਬਲੈਕ ਕੋਟਿੰਗ ਹੋਈ ਵੀ ਹੈ ਜੀ, ਉਹਦਾ ਰੇਟ ਹੈਗਾ ਜੀ 15,000 ਰੁਪਏ। ਜੋ ਆਪਣੀ ਨਿਕਲ ਪਲੇਟਿੰਗ ਹੈ ਜੀ, ਉਸਦਾ ਰੇਟ ਹੈਗਾ 19,500, ਤੇ ਸਟੇਨਲੈਸ ਸਟੀਲ ਦਾ ਰੇਟ ਹੈਗਾ ਜੀ 20,500। ਜਿਹੜੇ ਆਪਣੇ ਫੋਰ ਵੀਲ 4x4 ਟਰੈਕਟਰ ਨੇ, ਜਿਨ੍ਹਾਂ ਦਾ ਅਗਲਾ ਟਾਇਰ 24 ਇੰਚ ਦਾ ਹੁੰਦਾ ਜੀ, ਉਹਦੇ ਲਈ ਇਹ ਸਾਰੇ ਆਪਣੇ ਕੋਟਿੰਗਸ ਦੇ ਵਿੱਚ 1500 ਰੁਪਏ ਪਲੱਸ ਹੋ ਜਾਣਾ ਜੀ। ਯਾਨੀ ਕਿ ਉਹ ਟਾਇਰ ਵੱਡਾ ਹੋ ਗਿਆ, ਸਾਈਜ਼ 'ਚ ਫਰਕ ਪੈ ਗਿਆ, 1500 ਰੁਪਇਆ ਇਹਨਾਂ ਨਾਲੋਂ ਵੱਧ ਗਿਆ। ਹਾਂਜੀ, 15,000 ਦੀ ਜਗ੍ਹਾ ਉਹਦਾ 16,500 ਹੈ ਜੀ। ਹਾਂਜੀ, 19,500 ਦੀ ਜਗ੍ਹਾ 21,000 ਹੈ ਜੀ, ਤੇ 20,500 ਦੀ ਜਗ੍ਹਾ 22,000 ਹੈ। ਓਕੇ, ਯਾਨੀ ਕਿ 1500 ਰੁਪਇਆ ਤੁਸੀਂ ਐਕਸਟਰਾ ਕਰ ਸਕਦੇ ਹੋ ਜੇ 4x4 ਟਰੈਕਟਰ ਆ, ਜੇ ਨੋਰਮਲ ਆ ਤਾਂ ਤੁਹਾਨੂੰ ਆਈ ਰੇਟ ਲੱਗਣੇ ਆ। ਤੇ ਬਈ ਯਾਰ, ਇਹ ਰੇਟ ਦਾ ਹੁਣ ਤੁਸੀਂ ਆਪਦਾ ਬਣਾ ਰਹੇ ਹੋ, ਜੇ ਕੋਈ ਆਪਣੀ ਵੀਡੀਓ ਦੇਖ ਕੇ ਤੁਹਾਡੇ ਕੋਲ ਆਉਂਦਾ, ਠੀਕ ਆ, ਫਿਰ ਉਹਦਾ ਤਾਂ ਮਾਣਦਾਨ ਕਰਨਾ ਬਣਦਾ ਯਾਰ। ਬਿਲਕੁਲ ਜੀ, ਬਿਲਕੁਲ, ਜੋ ਵੀ ਤੁਹਾਡੇ ਨਾਮ ਤੇ ਤੁਹਾਡੀ ਵੀਡੀਓ ਦੇ ਸਾਡੇ ਕੋਲ ਆਉਂਦਾ ਜੀ ਟਰੈਕਟਰ ਦੇ ਫਿਟਿੰਗ ਕਰਵਾਉਣ, ਅਸੀਂ ਉਹਦਾ ਪੂਰਾ ਮਾਣਦਾਨ ਕਰਾਂਗੇ ਜੀ। ਠੀਕ ਹੈ ਵੀਰੇ, ਇਹ ਲਾਂਭਾ ਨਹੀਂ ਹੋਣਾ ਚਾਹੀਦਾ ਮੈਨੂੰ, ਮੈਂ ਜੀ ਠੀਕ ਆ, ਹਰ ਤਰ੍ਹਾਂ ਦੀ ਗਰੰਟੀ ਹੈ ਜੀ, ਫਿਟਿੰਗ ਦੀ, ਬਣਾਵਟ ਦੀ, ਕੋਟਿੰਗ ਦੀ, ਹਰ ਤਰ੍ਹਾਂ ਦੀ ਗਰੰਟੀ ਹੈ ਜੀ। ਲੈ ਵੀ ਮਿੱਤਰੋ, ਆਪਣੇ ਵੱਲੋਂ ਵੀ ਫੁੱਲ ਗਰੰਟੀ ਆ, ਤੇ ਕੰਮ ਵੀ ਆਪਾਂ ਨੂੰ ਪੂਰਾ ਪਸੰਦ ਆਇਆ, ਤੇ ਜੇ ਕੋਈ ਪ੍ਰੋਬਲਮ ਆਊ ਮੈਨੂੰ ਭੇਜ ਦਿਓ ਸਕਰੀਨਸ਼ਾਟ ਵੀ। ਤੁਹਾਨੂੰ ਇਹਨਾਂ ਨੇ ਮਾਣਦਾਨ ਨਹੀਂ ਕਰਿਆ, ਜਾਂ ਤੁਹਾਡਾ ਕੋਈ ਕਲੇਮ ਨਹੀਂ ਕਰਿਆ, ਸਿੱਧਾ ਮੇਰੇ ਕੋਲ ਫੜਾ ਜਿਓ, ਮੈਂ ਕਰਾ ਕੇ ਦੇਣਾ, ਠੀਕ ਹੈ ਬਾਈ? ਜ਼ਿੰਮੇਵਾਰੀ ਟੋਟਲੀ ਮੈਂ, ਬਸ ਲਾਂਭਾ ਨਹੀਂ ਹੋਣਾ ਚਾਹੀਦਾ। ਪਰ ਬਾਕੀ ਇਹਨਾਂ ਦਾ ਕੰਮ ਮੈਨੂੰ ਇੰਨਾ ਕੁ ਪਸੰਦ ਆਇਆ ਬਾਈ, ਇੱਕ ਜਗਾੜੂ ਕੰਮ ਹੁੰਦਾ ਵੀ ਜਗਾੜ ਲਾ ਕੇ ਫੜਾ ਦਾ, ਪਰ ਪੱਕੇ ਕੰਮ ਕਰੀ ਬੈਠੇ ਨੇ ਸਾਰੇ ਪਤੰਦਰ। ਆਹ ਨਹੀਂ ਹੈਗਾ ਵੀ ਕੱਲ੍ਹ ਨੂੰ ਕੋਈ ਦਿੱਕਤ ਆ ਜੂਗੀ ਇਹਨਾਂ ਨੂੰ, ਸਾਰਾ ਐਨ ਓਕੇ ਦੀਆਂ ਰਿਪੋਰਟਾਂ ਨੇ। ਕਰ ਲਓ ਬੁੱਕ, ਅਤੇ ਮੈਂ ਤਾਂ ਇੱਕ ਟਰੈਕਟਰ ਦੇ ਹੋਰ ਬੁੱਕ ਕਰ ਗਿਆ, ਮੈਨੂੰ ਤਾਂ ਬੜੀ ਘੈਂਟ ਚੀਜ਼ ਪਸੰਦ ਆਈ ਆ, ਬਲੈਕ ਕਲਰ ਵਾਲੀ ਪਸੰਦ ਕਰਤੇ ਇੱਕ ਮੈਨੇ, ਉਹ ਵੀ ਬੁੱਕ ਕਰਤੇ, ਉਹ ਵੀ ਥੋੜ੍ਹੇ ਦਿਨਾਂ 'ਚ ਉਹਦੀ ਵੀਡੀਓ ਆਜੂ, ਉਹ ਵੀ ਤੁਹਾਨੂੰ ਦੱਸ ਦਾਂ ਨੇ ਆਪਾਂ ਕਿਹੜੇ ਟਰੈਕਟਰ 'ਤੇ ਲਾਉਣੀ ਆ, ਉਹ ਪਾਰਟ 3। ਕਰ ਲਓ ਚੈਨਲ ਸਬਸਕ੍ਰਾਈਬ, ਓਕੇ, ਬਾਏ ਬਾਏ। ਲੈ ਵੀ ਮਿੱਤਰੋ, ਕੰਮ ਹੋ ਗਿਆ ਜੀ ਆਪਣਾ, ਓਕੇ, ਹੁਣ ਚੱਲੇ ਜੀ ਵਾਪਸ। ਅਤੇ ਆਹ ਗੁੜੀਆ ਆਪਣੇ ਨਾਲ ਬੈਠ ਗਈ, ਅਤੇ ਇਹ ਕਹਿੰਦੀ ਹੁਣ ਆਪਣੇ ਨਾਲ ਜਾਣਾ, ਮੇਰੇ ਨਾਲ ਚੱਲੇਗਾ ਪੁੱਤ, ਹੈ ਡੈਡੀ ਨੂੰ ਬਾਏ ਬਾਏ ਕਰ ਦੇ, ਡੈਡੀ ਨੂੰ ਬਾਏ ਬਾਏ ਕਰ ਰਹੀ ਆ, ਕਹਿੰਦੀ ਮੈਂ ਤੇਰੇ ਨਾਲ ਜਾਣਾ। ਅਤੇ ਇਹਨੂੰ ਆਪਾਂ ਝੂਟੀ ਦੇ ਕੇ ਉੱਧਰ ਦੀ ਲੈ ਕੇ ਆਏ ਸੀ, ਟਰੈਕਟਰ ਖੜ੍ਹਾ ਆਪਣਾ ਉਹ। ਅਤੇ ਹੁਣ ਤੈਨੂੰ ਪਤਾ ਯਾਰ, ਆਪਾਂ ਜਵਾਕਾਂ ਦਾ ਮੋਹ ਆਪਾਂ ਪਹਿਲੇ ਦਿਨ ਤੋਂ ਕਰਾਂ, ਹੁਣ ਇਹਦਾ ਪੈ ਗਿਆ ਆਪਣੇ ਨਾਲ ਮੋਹ, ਇਹ ਆਪਣੇ ਨਾਲ ਜਾਣ ਨੂੰ ਤਿਆਰ ਆ। ਅਤੇ ਦੋ ਹੋ ਖੜ੍ਹੇ ਆ ਜੇ, ਉਧਰੀ ਉਧਰੀ, ਡੈਡੀ ਨਾਲ ਜਾਏਗਾ ਕਿ ਮੇਰੇ ਨਾਲ, ਮੇਰੇ ਨਾਲ? ਲੈ ਵੀ ਮਿੱਤਰਾ, ਤੇਰੇ ਨਾਲ ਘੱਟ ਗਿਆ ਮੋਹ, ਆਪਣੇ ਨਾਲ ਪੈ ਗਿਆ, ਜਵਾਕਾਂ ਦਾ ਆਪਾਂ ਪਹਿਲੇ ਦਿਨ ਵੀ ਮੋਹ ਕਰਾਂ। ਅਤੇ ਬਾਈਆਂ ਦੀ ਵਰਕਸ਼ਾਪ ਉਹ ਰਹੀ ਪਰਲੇ ਪਾਸੇ, ਅਤੇ ਹੁਣ ਬਲੌਗ ਦਾ ਦਾ ਐਂਡ, ਅਤੇ ਮਿਲਦੇ ਹਾਂ ਅਗਲੇ ਬਲੌਗ 'ਚ। ਅਤੇ ਪਾਰਟ 2 ਦੇਖਣ ਲਈ ਚੈਨਲ ਕਰ ਲਓ ਸਬਸਕ੍ਰਾਈਬ, ਓਕੇ ਭਰਾ, ਬਹੁਤ ਵਧੀਆ ਤੁਹਾਡਾ ਪ੍ਰੋਡਕਟ ਆ, ਓਕੇ, ਘੈਂਟ ਕੰਮ ਕਰ ਆ ਬਾਈਆਂ ਦਾ, ਬਾਏ ਬਾਏ ਪੁੱਤਰੀ, ਮੇਰੇ ਨਾਲ ਜਾਣਾ? ਲੈ ਬਾਈ ਮਿੱਤਰੋ, ਛੱਡਣ ਨੂੰ ਤਾਂ ਜੀ ਨਹੀਂ ਕਰਦਾ, ਪਰ ਨਿਆਣੇ ਤੁਹਾਨੂੰ ਪਤਾ ਹੈ ਨਾ, ਜੀ ਨਹੀਂ ਲਾਉਂਦੇ ਹੁੰਦੇ। ਬਾਏ ਬਾਏ ਪੁੱਤਰੀ।